ਮੈਂ 6th 7th ਕਲਾਸ ਵਿੱਚ ਸੀ ਜਦੋਂ ਤੋਂ ਮੇਰੀ ਜੌਬ ਸਟਾਰਟ ਹੋ ਗਈ ਸੀ ਐਕਚੁਅਲੀ ਸਟੱਡੀ ਕਰਨ ਲਈ ਨਾ ਮੈਂ ਜੌਬ ਸਟਾਰਟ ਕਰ ਲਈ ਸੀ ਛੋਟੀ ਜਿਹੀ ਅਤੇ ਉਸ ਟਾਈਮ ਮਤਲਬ ਇੱਦਾਂ ਘਰ ਦੀ ਕੰਡੀਸ਼ਨ ਇੱਦਾਂ ਸੀ ਅਸੀਂ 5 ਸਿਸਟਰ ਹਾਂ ਅਤੇ ਪਾਪਾ ਜੀ ਛੋਟੀ ਮੋਟੀ ਕੰਮ ਕਰਦੇ ਸੀਗੇ ਜਿੱਦਾਂ ਹੈ ਨਾ ਮਜ਼ਦੂਰੀ ਕਹਿ ਲਓ ਡੇਲੀ ਵਾਂਗ ਉਹਨਾਂ ਨੂੰ ਕਦੇ ਕੰਮ ਮਿਲ ਜਾਂਦਾ ਸੀ ਕਦੇ ਨਹੀਂ 5 ਸਿਸਟਰ 1 ਬ੍ਰਦਰ ਮਤਲਬ ਇੰਨੀ ਵੱਡੀ ਫੈਮਲੀ ਨਾਲ ਸਾਰਾ ਐਕਸਪੈਂਸ ਵਗੈਰਾ ਕੱਢਣਾ ਪਾਪਾ ਲਈ ਮੁਸ਼ਕਿਲ ਹੋ ਗਿਆ ਸੀ ਫਿਰ ਚਲੋ ਹਿੰਮਤ ਨਹੀਂ ਹਾਰੀ ਅਸੀਂ ਮੈਂ ਆਪਣੀ ਸਟੱਡੀ ਦਾ ਖਰਚਾ ਆਪਣੇ ਆਪ ਕੱਢਿਆ ਦੈਨ ਫਿਰ ਆਪਣਾ ਥੋੜ੍ਹਾ ਬਹੁਤ ਘਰ ਦਾ ਖਰਚ ਕਰਨ ਲੱਗ ਗਈ ਹੈ ਨਾ ਕਈ ਮੈਂ ਵੇਖਿਆ ਬਹੁਤ ਨੂੰ ਵੇਖਿਆ ਮੇਰੇ ਨਾਲ ਦੇ ਗਰੁੱਪ ਦੇ ਵਿੱਚ ਹੈਗੇ ਫਰੈਂਡਸ ਮੇਰੇ ਮਤਲਬ ਫੈਮਲੀ ਤੇ ਫੈਮਲੀ ਦੇ ਸਿਰ ਤੇ ਐਸ਼ ਪੂਰੀ ਕਰਦੇ ਆ ਮੇਰਾ ਵੀ ਮਜ਼ਾਕ ਉਡਾਉਂਦੇ ਆ ਕਿ ਤੂੰ ਛੋਟੀ ਸ਼ੋਪ ਲੈ ਕੇ ਬੈਠੀ ਆ ਆਪਣੀ ਝਾੜੂ ਪੋਛਾ ਕਰਦੇ ਰਹਿੰਦੇ ਆ ਕਿਆ ਤੇਰਾ ਕੰਮ ਹੈ ਕੋਈ ਇੱਦਾਂ ਨਹੀਂ ਹੈ ਤੇਰਾ ਲੈਵਲ ਬਹੁਤ ਛੋਟਾ ਆ ਬਟ ਮੈਂ ਉਹਨਾਂ ਨੂੰ ਇਹੀ ਚੀਜ਼ ਕਹਿਣਾ ਚਾਹੂੰਗੀ ਠੀਕ ਹੈ ਤੁਸੀਂ ਐਸ਼ ਕਰ ਰਹੇ ਹੋ ਠੀਕ ਆ ਤੁਹਾਡੀ ਸਟੱਡੀ ਕੰਪਲੀਟ ਹੋ ਗਈ ਪਰ ਉਸ ਤੋਂ ਬਾਅਦ ਯਾਰ ਤੁਸੀਂ ਥੋੜ੍ਹਾ ਜਿਹਾ ਨਾ ਖੁਦ ਆਪਣੇ ਪੈਰਾਂ 'ਤੇ ਸਟੈਂਡ ਹੋ ਕੇ ਵੇਖੋ ਕਹਿੰਦੇ ਆ ਨਾ ਲੋਕ ਬਹੁਤ ਨੂੰ ਮੈਂ ਵੇਖਿਆ ਗਾ ਕਿ ਕੁੜੀਆਂ ਇੱਦਾਂ ਕਰਦੀਆਂ ਉਹ ਕਰਦੀਆਂ ਜਾਂ ਕੁੜੀਆਂ ਦੇ ਵਾਸ ਦਾ ਕੰਮ ਨਹੀਂ ਹੈ ਨਹੀਂ ਯਾਰ ਕੋਸ਼ਿਸ਼ ਕਰੋ ਇਹ ਨਹੀਂ ਹੈ ਕਿ ਹੋਊਗਾ ਨਹੀਂ ਹੋਊਗਾ ਸਭ ਤੋਂ ਵੱਡੀ ਚੀਜ਼ ਮਿਹਨਤ ਆ ਔਰ ਸਭ ਤੋਂ ਵੱਡੀ ਚੀਜ਼ ਵਿਸ਼ਵਾਸ ਆ ਅਗਰ ਤੁਸੀਂ ਆਪਣੀ ਆਪਣੇ ਆਪ 'ਤੇ ਅਤੇ ਆਪਣੀ ਮਿਹਨਤ 'ਤੇ ਵਿਸ਼ਵਾਸ ਹੈਗਾ ਨਾ ਤੁਹਾਨੂੰ ਤਾਂ ਤੁਸੀਂ ਬਹੁਤ ਅੱਗੇ ਜਾਓਗੇ ਆਪਾਂ ਦਿਖਾ ਸਕਦੇ ਹਾਂ ਕੁੜੀਆਂ ਕਿ ਯਾਰ ਅਸੀਂ ਆਪਣੇ ਪੈਰਾਂ 'ਤੇ ਸਟੈਂਡ ਹੋ ਜਦੋਂ ਅਸੀਂ ਹੁੰਦੇ ਹਾਂ ਨਾ ਤਾਂ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿਸੇ ਦੀ ਮਤਲਬ ਸਭ ਤੋਂ ਵੱਡੀ ਚੀਜ਼ ਸਾਨੂੰ ਅਹਿਸਾਨ ਦੀ ਲੋੜ ਨਹੀਂ ਪੈਂਦੀ ਡੇਲੀ ਪੋਸਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਕੌਰ ਸਵਾਗਤ ਕਰਦੀ ਹਾਂ ਸੋ ਕਹਿੰਦੇ ਕਿ ਸਬਰ ਦਾ ਨਾ ਫਲ ਬਹੁਤ ਜ਼ਿਆਦਾ ਮਿੱਠਾ ਹੁੰਦਾ ਪਰ ਜਿਹੜਾ ਸਬਰ ਹੈ ਉਹ ਹੀ ਲੋਕਾਂ ਤੋਂ ਨਹੀਂ ਕੀਤਾ ਜਾਂਦਾ ਕਿਉਂਕਿ ਉਸ ਵਿੱਚ ਇਮਤਿਹਾਨ ਹੁੰਦੇ ਨੇ ਮਿਹਨਤ ਹੁੰਦੀ ਹੈ ਅਤੇ ਸਟਰਗਲ ਹੁੰਦਾ ਪਰ ਇਸ ਪੂਰੇ ਸਫ਼ਰ ਨੂੰ ਪਾਰ ਕਰਕੇ ਇੱਕ ਕੁੜੀ ਜਿਹਦਾ ਨਾਮ ਹੈ ਸੰਦੀਪ ਉਸਨੇ ਆਪਣੇ ਆਪ ਨੂੰ ਪਰੂਫ ਕੀਤਾ ਅਤੇ ਆਪਣੇ ਬਲ ਦੇ ਉੱਤੇ ਖੜੀ ਹੋਈ ਹੈ ਸੋ ਅੱਜ ਸਾਡੇ ਨਾਲ ਸੰਦੀਪ ਮੌਜੂਦ ਹੈ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਦੇ ਉੱਤੇ ਥੈਂਕ ਯੂ ਮੈਮ ਕਿਵੇਂ ਹੋ ਵਧੀਆ ਜੀ ਤੁਸੀਂ ਸੁਣਾਓ ਵਧੀਆ ਸੋ ਜਿਹੜਾ ਤੁਹਾਡਾ ਇਹ ਸਫ਼ਰ ਹੈ ਇਹ ਕਿੱਦਾਂ ਸ਼ੁਰੂ ਹੋਇਆ ਤੁਸੀਂ ਆਪਣਾ ਆਪਦਾ ਕੰਮ ਸਟਾਰਟ ਕੀਤਾ ਅਸੀਂ ਚਾਹਾਂਗੇ ਕਿ ਤੁਹਾਨੂੰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਇਹ ਜਰਨੀ ਜਿਹੜੀ ਹੈ ਕਿ ਕਿੰਨੀ ਕੁ ਉਮਰ ਤੋਂ ਸ਼ੁਰੂ ਕੀਤੀ ਤੁਸੀਂ ਇਹ ਮੈਮ ਮੈਂ ਨਾ ਜੌਬ ਤੋਂ ਸਟਾਰਟ ਕੀਤਾ ਸਭ ਕੁਛ ਮੈਂ 6th 7th ਕਲਾਸ ਵਿੱਚ ਸੀ ਜਦੋਂ ਤੋਂ ਮੇਰੀ ਜੌਬ ਸਟਾਰਟ ਹੋ ਗਈ ਸੀ ਐਕਚੁਅਲੀ ਸਟੱਡੀ ਕਰਨ ਲਈ ਨਾ ਮੈਂ ਜੌਬ ਸਟਾਰਟ ਕਰ ਲਈ ਸੀ ਛੋਟੀ ਜਿਹੀ ਅਤੇ ਉਸ ਟਾਈਮ ਮਤਲਬ ਇੱਦਾਂ ਘਰ ਦੀ ਕੰਡੀਸ਼ਨ ਇੱਦਾਂ ਸੀ ਅਸੀਂ 5 ਸਿਸਟਰ ਹਾਂ ਅਤੇ ਪਾਪਾ ਜੀ ਛੋਟੀ ਮੋਟੀ ਕੰਮ ਕਰਦੇ ਸੀਗੇ ਜਿੱਦਾਂ ਹੈ ਨਾ ਮਜ਼ਦੂਰੀ ਕਹਿ ਲਓ ਡੇਲੀ ਵਾਂਗ ਉਹਨਾਂ ਨੂੰ ਕਦੇ ਕੰਮ ਮਿਲ ਜਾਂਦਾ ਸੀ ਕਦੇ ਨਹੀਂ ਔਰ ਫਿਰ ਮੁਸ਼ਕਿਲ ਹੋ ਗਿਆ ਸੀਗਾ 5 ਸਿਸਟਰ 1 ਬ੍ਰਦਰ ਮਤਲਬ ਇੰਨੀ ਵੱਡੀ ਫੈਮਲੀ ਨਾਲ ਸਾਰਾ ਐਕਸਪੈਂਸ ਵਗੈਰਾ ਕੱਢਣਾ ਪਾਪਾ ਲਈ ਮੁਸ਼ਕਿਲ ਹੋ ਗਿਆ ਸੀ ਫਿਰ ਪਰ ਚਲੋ ਹਿੰਮਤ ਨਹੀਂ ਹਾਰੀ ਅਸੀਂ ਮੈਂ ਆਪਣੀ ਸਟੱਡੀ ਦਾ ਖਰਚਾ ਆਪਣੇ ਆਪ ਕੱਢਿਆ ਦੈਨ ਫਿਰ ਆਪਣਾ ਥੋੜ੍ਹਾ ਬਹੁਤ ਘਰ ਦਾ ਖਰਚ ਕਰਨ ਲੱਗ ਗਈ ਹੈ ਨਾ ਫਿਰ ਉਸ ਤੋਂ ਬਾਅਦ ਇੱਦਾਂ ਹੋਇਆ ਕਿ ਨਾ ਮੈਂ ਆਪਣੇ ਸ਼ਹਿਰ ਮਲੇਰਕੋਟਲਾ ਸ਼ਹਿਰ ਤੋਂ ਆਵੇਂ ਡਿਸਟ੍ਰਿਕਟ ਸੰਗਰੂਰ ਅਤੇ ਮੈਂ ਪਹਿਲਾਂ ਉੱਥੇ ਜੌਬ ਕਰਦੀ ਸੀ 2015 ਰੁਪਏ ਦੇ ਹੈ ਨਾ ਫਿਰ ਮੈਨੂੰ ਕਿਸੇ ਨੇ ਇਹ ਦੱਸਿਆ ਕਿ ਤੁਸੀਂ ਮੋਹਾਲੀ ਜਾਓ ਤੁਸੀਂ ਮੋਹਾਲੀ ਤੁਹਾਨੂੰ ਸੈਲਰੀ ਵਗੈਰਾ ਮਿਲੇਗੀ ਅੱਛੀ ਫਿਰ ਮੈਂ ਮੋਹਾਲੀ ਆਈ ਮੈਂ ਟਰਾਈ ਕੀਤਾ ਅਤੇ ਇੱਥੇ ਵੀ ਮੈਂ ਮਤਲਬ 6-7 ਹਜ਼ਾਰ ਤੋਂ ਸਟਾਰਟ ਕੀਤਾ ਕੰਮ ਰੂਮ ਰੈਂਟ ਵਗੈਰਾ ਨਿਕਲਣਾ ਮਤਲਬ ਉਹ ਵੀ ਚੀਜ਼ ਮੁਸ਼ਕਿਲ ਸੀ ਮੈਂ 6-7 ਹਜ਼ਾਰ ਤੋਂ ਪਹਿਲਾਂ 1 ਸਾਲ ਜੌਬ ਕੀਤੀ ਆ ਫਿਰ ਉਸ ਤੋਂ ਬਾਅਦ ਵੀ ਚਲੋ ਪ੍ਰਮੋਸ਼ਨ ਹੁੰਦੀ ਗਈ ਮੇਰੀ ਸੈਲਰੀ ਵੱਧਦੀ ਗਈ ਔਰ ਮੈਂ ਪੀਜ਼ਾ ਲਾਈਨ ਦੇ ਵਿੱਚ ਹੀ ਕੰਮ ਕੀਤਾ ਮੈਨੂੰ ਜੌਬ ਮਿਲੀ ਨਾ ਬਟ ਇੰਟਰਸਟ ਵੀ ਨਹੀਂ ਸੀ ਇਸ ਲਾਈਨ ਦਾ ਮੈਨੂੰ ਕੋਈ ਹੈ ਨਹੀਂ ਸੀ ਕਿ ਮੈਂ ਇੱਥੋਂ ਤੱਕ ਆਜੂ ਬਟ ਮੈਂ ਮੈਡੀਕਲ ਲਾਈਨ ਦੇ ਵਿੱਚ ਜੌਬ ਕਰਦੀ ਸੀਗੀ ਸੋ ਘਰ ਦੀ ਕੰਡੀਸ਼ਨ ਇੱਦਾਂ ਹੋ ਗਈ ਹੈ ਨਾ ਕਿ ਮੈਨੂੰ ਕਰਨਾ ਪਿਆ ਘਰ ਦੇ ਐਕਸਪੈਂਸ ਵਗੈਰਾ ਹੋ ਗਏ ਉਹ ਚੀਜ਼ ਨੂੰ ਦੇਖ ਕੇ ਮੈਂ ਇੱਦਾਂ ਹੀ ਮੈਂ ਖੁਦ ਹੀ ਹਿੰਮਤ ਕਰਦੀ ਹਾਂ ਕਿ ਜੋ ਮੈਂ ਸਟਾਫ ਨੂੰ ਪੈਸੇ ਪੇ ਕਰਾਂਗੀ ਉਹ ਮੇਰੀ ਸੇਵਿੰਗ ਹੋ ਜਾਏਗੀ ਸੇਵਿੰਗ ਚਲੋ ਸਾਈਡ 'ਤੇ ਰੱਖੋ ਕਿ ਮੈਨੂੰ ਨਾ ਕਿਸੇ ਤੋਂ ਅਗਰ ਘਰ ਮੈਨੂੰ ਕੋਈ ਵੀ ਚੀਜ਼ ਦੀ ਜਿੱਦਾਂ ਸਿਸਟਰ ਲਾਈਕ ਇਹ ਦੇਖ ਲਓ ਕਿ ਆਪਣੇ ਫੈਸਟੀਵਲਸ ਆਉਂਦੇ ਆ ਨਾ ਸਿਸਟਰ ਨੂੰ ਦੇਣੇ ਹੁੰਦੇ ਆ 6 ਮੰਥ ਬਾਅਦ ਅਤੇ ਮੈਨੂੰ ਇਹ ਹੁੰਦਾ ਹੈਗਾ ਕਿ ਮੈਂ ਇਹਨੂੰ ਕਿਸੇ ਤੋਂ ਪੈਸੇ ਮੰਗਣੇ ਨਾ ਪੈਣ ਅਤੇ ਮੈਂ ਇਸ ਲਈ ਉਹ ਆਪਣੀ ਸੇਵਿੰਗ ਕਰਕੇ ਰੱਖਦੀ ਆ ਕਿ ਚਲੋ 6 ਮੰਥ ਬਾਅਦ ਜਾਂ ਕਦੇ ਵੀ ਫੈਸਟੀਵਲ ਆਉਂਦਾ 4 ਸਿਸਟਰ ਨੂੰ ਆਪਾਂ ਦੇਣਾ ਪੰਜਾਬ ਦੇ ਵਿੱਚ ਇਹ ਚੀਜ਼ ਮੋਸਟਲੀ ਹੈ ਕਿ ਨਾ ਬਾ 6 ਮੰਥ ਹੋ ਗਿਆ ਕੋਈ ਵੀ ਮਤਲਬ ਫੈਸਟੀਵਲ ਆ ਗਿਆ ਆਪਾਂ ਕੁੜੀਆਂ ਨੂੰ ਦੇਣਾ ਹੀ ਦੇਣਾ ਹੁੰਦਾ ਹੁਣ ਇਹ ਤਾਂ ਹੈ ਨਹੀਂ ਕਿ ਮੈਂ ਕਿਸੇ ਤੋਂ ਜਾਂ ਆਪਾਂ ਮੰਗ ਲਾਂਗੇ ਸਭ ਤੋਂ ਵੱਡੀ ਚੀਜ਼ ਆ ਇਹ ਚੀਜ਼ ਮੈਂ ਲਾਈਕ ਨਹੀਂ ਕਰਦੀ ਸੋ ਆਪਾਂ ਵੇਖਦੇ ਹਾਂ ਨਾ ਕਿ ਕੁੜੀਆਂ ਜਦੋਂ ਵੀ ਕੁਛ ਨਵਾਂ ਕੰਮ ਸਟਾਰਟ ਕਰਦੀਆਂ ਫੈਮਲੀ ਤੋਂ ਮਿਲਦਾ ਸਾਰਾ ਕੁਛ ਬਟ ਕਈ ਕੁੜੀਆਂ ਅਗਰ ਆਪਾਂ ਬਾਕੀਆਂ ਦੀ ਗੱਲ ਕਰੀਏ ਨਾ ਤਾਂ ਕਈ ਡਿਪੈਂਡੈਂਟ ਵੀ ਰਹਿੰਦੀਆਂ ਫੈਮਲੀਜ਼ 'ਤੇ ਤਾਂ ਉਹਨਾਂ ਕੁੜੀਆਂ ਤੁਸੀਂ ਕੀ ਕਹੋਗੇ ਕਿ ਉਹਨਾਂ ਨੂੰ ਡਿਪੈਂਡੈਂਟ ਰਹਿਣਾ ਚਾਹੀਦਾ ਕਿ ਜਾਂ ਕਿਤੇ ਨਾ ਕਿਤੇ ਜਿਹੜੇ ਅੱਛੀ ਫੈਮਲੀ ਤੋਂ ਵੀ ਉਹਨਾਂ ਨੂੰ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਚਾਹੀਦਾ ਆਪ ਅਰਨਿੰਗਸ ਕਰਨੀ ਚਾਹੀਦੀਆਂ
मैम देखो है ना जिन्ना टाइम तो चलो घरदियां दे सिर ते कई मैं वेख्या बहुत नूं वेख्या मेरे नाल दे ग्रुप दे विच हैंगे फ्रेंड्स मेरे मतलब फैमिली सिर ते ऐश पूरी करदे आ ऐदा गल नहीं मेरा भी मजाक उड़ाते हैं कि तू छोटी शॉप लैके बैठी आ अपनी झाड़ू पोछा करते रहनी आ क्या तेरा काम है कोई ऐदा नहीं है तेरा लैवल बहुत छोटा आ बट मैं उन्होंने यही चीज़ कहना चाहूँगी ठीक है तुम ऐश कर रहे हो ठीक है तुम्हारी स्टडी कंप्लीट होगी पर उस तो बाद यार तुसी थोड़ा जहा ना खुद अपने पैरों पर स्टैंड होकर वेखो मैं पैसे लैके नहीं कहूँगी तो तुसी अपना काम स्टार्ट करोगे काम ही नहीं तुम जॉब भी करोगे है ना तुम अपना नाम कमाओगे तो वो ना फैमिली ने बहुत खुशी होगी क्योंकि पेरेंट्स का नाम अगे जाता ना वो खुशी वर्गी खुशी नहीं है। सो तुसी स्टोर चलाने दे नाल नाल दी स्टडीज़ भी कंप्लीट कर रहे हो या स्टडी हो गई थोड़ी कंप्लीट? मैम स्टडी कंप्लीट बीए हो गई है हुण मैं HM करनी आ उहदी उह मैं मतलब सोचिया उहदी फीस वगैरह मैं कढ रही हाँ अपनी बट हजे स्टार्ट कीती नहीं है करनी है। सो अखीर दे विच जिन्ना कुड़ियां लई तुसी इंस्पिरेशन बने हो की कहना चाहोगे उन्हां नूं? मैं उन्होंने यही कहना चाहूँगी देखो मतलब अजकल कहते हैं ना लोग बहुत नू मैं वेख्या गा कि कुड़ियाँ ऐदा कर दिया वो कर दिया जा कुड़ियाँ दे वास्ता काम नहीं है नहीं यार कोशिश करो ये नहीं है कि होगा नहीं होगा सब तो वड्डी चीज़ मेहनत है और सब तो वड्डी चीज़ विश्वास है अगर तुसी अपनी अपने आप ते ते अपनी मेहनत विश्वास हैगा ना तुहानू तां तुसी बहुत अगे जाओगे स्पैशली कुड़ियाँ अजकल कहते हैं ना कि नहीं कुड़ियाँ तो कुछ नहीं होना मतलब मैं काफ़ी टाइम तो सुनया मैं कहते कुड़ियाँ तो कुछ नहीं होना जी फिर भी कितना ना कितने मुंडे की हैल्प की लोड़ पैंदी है ठीक है पैंदी होएगी बट तुसी मतलब आप दिखा सकते हैं कुड़ियाँ कि यार असी अपने पैरों पर स्टैंड हो जो असी होंगे ना तो सानू जरूरत नहीं पैंदी किसी की मतलब सब तो बड़ी चीज़ सानू ऐसा आने की लोड़ नहीं पैंदी तुसी बाहर निकलो करके वेखो एक बार होएगा जरूर होएगा। थैंक यू सो मच बहुत चंगा लगे थोड़े नाल गल करके असं उम्मीद करते हैं कि जिहड़ी भी वीडियो देख रहे हो संदीप तो इंस्पायर होण कुड़ियां इंस्पायर होण ते अपने बल ते कुछ कर दिखाण दा जज्बा रखन। ओके सो तुहाडी स्टोरी तुहाडा स्ट्रगल दा सारा नहीं सुनिया हुण तुहाडे हाथ का जादू भी वेख लैने तुहाडे हाथ का टेस्ट भी तुसीं कितना बनाने हो आओ चलो लैके चलिए तुहानूं। सो एक डफ इन्होंने जोड़ा बना रखा से आप कह दिए डो जो बनाया हुआ से रोल कर रहे ने हो। सो ये बिल्कुल फ्रैश बनाया हूने तुसी रोज़ फ्रैश बनता है स्पीड बहुत है थोड़ी नो डाउट कि सो पिज़्ज़ा सॉस जा रही है तुसी आप बनाने हो या ये रेडीमेड है? ओके जी सब कुछ आप रेडी कर दियो मतलब तुसी मेयोनीज गई है मोज़रेला चीज़ गया है हुण ते की प्राइस है दा? 60 रुपीस दा तुसी चीज़ कैप्सिकम पिज़्ज़ा दे रहे हो। ओके जी फिर मोज़रेला चीज़ गई है तुसी देख सकते हो सारे ते कितना का टाइम लगता है नू बनन ते जी? 5 to 7 मिनट दे सो ये सी संदीप जो कई कुड़ियां नू इंस्पायर कर रही है निक्की उम्र तो जो दी कबीलदारी पई अपने पूरे परिवार नू सांभे है ते उन्हां लोकां नू गलत साबित किया जो ये कहंदे कि कल्ली कुड़ी कुछ नहीं कर सकती। सो वीडियो चंगी लगी होवे तां लाइक कमेंट ते शेयर जरूर करो तो उदों तक जुड़े रहो डेली पोस्ट पंजाबी दे नाल मैं जसवीर कौर कैमरामैन दलेर दे नाल।